The Harpreet Singh Show at this religious second which aap sab da karda ha hardik swagat aj de second vich mera saadhan ke bhai Jasbir Singh ji jehde sade mehmaan ne akali singh sikh gurdwara Vancouver ton pichle hafte assi inhan nal saanjh paayi si ke sukhna te eh manautan di ki koi thaan hai sikhi de vich ta eh gal haqeeqat roop vich samne aayi ke is di koi thaan nahi hegi assi guru de kol nal judna hai gurbani nu samajh ke apne jeevan nu bateet karna hai par jekar gurdware assi janne ha ta kisi maqsad nal janne ha ਜੇਕਰ ਅਸੀਂ ਆਪਣੀ ਦੁਨਿਆਵੀ ਕਾਮਨਾਵਾਂ ਪੂਰੀਆਂ ਉੱਥੋਂ ਨਹੀਂ ਕਰਾਣੀਆਂ ਤਾਂ ਫਿਰ ਕਿਸ ਤਰੀਕੇ ਨਾਲ ਅਸੀਂ ਗੁਰਦੁਆਰੇ ਜਾਵਾਂਗੇ ਸਾਡਾ ਮਕਸਦ ਕੀ ਹੋਣਾ ਚਾਹੀਦਾ ਗੁਰਦੁਆਰੇ ਜਾਣ ਦਾ ਕੀ ਰੱਬ ਤੋਂ ਮੰਗਣਾ ਹੈ ਕੀ ਨਹੀਂ ਮੰਗਣਾ ਆਓ ਇਸ ਚੀਜ਼ 'ਤੇ ਅੱਜ ਫੋਕਸ ਕਰਕੇ ਜਾਣਕਾਰੀ ਲੈਂਦੇ ਹਾਂ ਭਾਈ ਜਸਵੀਰ ਸਿੰਘ ਜੀ ਤੋਂ ਭਾਈ ਸਾਹਿਬ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੇਕਰ ਅਸੀਂ ਗੁਰਦੁਆਰੇ ਆਪਣੀ ਮਨੋਕਾਮਨਾਵਾਂ ਪੂਰੀਆਂ ਨਹੀਂ ਕਰਾਉਣ ਜਾਣਾ ਅਸੀਂ ਉੱਥੇ ਫਿਰ ਲੰਗਰ ਤਾਂ ਨਹੀਂ ਸਿਰਫ ਛਕਣ ਜਾਣਾ ਸਾਡਾ ਮਕਸਦ ਤਾਂ ਹੈਗਾ ਅਸੀਂ ਉੱਥੇ ਜਾ ਕੇ ਕੁਝ ਰੱਬ ਤੋਂ ਮੰਗੀਏ ਅਤੇ ਜੇ ਮੇਰੀ ਪੂਰਤੀ ਹੋਏ ਤਾਂ ਮੈਂ ਉਹ ਉਸਦੀ ਆਪਣੀ ਮਨੋਕਾਮਨਾ ਦੀ ਪੂਰਨੀ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਕਰਾਉਣਾ ਜਾਂ ਮੈਂ ਕੋਈ ਨਾ ਕੋਈ ਸੁਖਨਾ ਜਿਹੜੀ ਕੀਤੀ ਹੈ ਉਹ ਪੂਰੀ ਕਰਨਾ ਪਿਛਲੇ ਹਫ਼ਤੇ ਜੋ ਅਸੀਂ ਐਪੀਸੋਡ ਵਿੱਚ ਡਿਸਕਸ ਕੀਤਾ ਸੀ ਤੁਸੀਂ ਕਿਹਾ ਸੀ ਕਿ ਇਸ ਦੀ ਕੋਈ ਥਾਂ ਨਹੀਂ ਗੁਰਮਤਿ ਇਸ ਨੂੰ ਪ੍ਰਵਾਨ ਨਹੀਂ ਕਰਦੀ ਹੁਣ ਗੁਰਦੁਆਰੇ ਫਿਰ ਕੀ ਜਾ ਕੇ ਮੰਗਣਾ ਅਸੀਂ ਗੁਰਦੁਆਰੇ ਜਾਣ ਦਾ ਮਕਸਦ ਕੀ ਹੋਣਾ ਚਾਹੀਦਾ ਹੈ ਦੇਖੋ ਤੁਹਾਡਾ ਸਵਾਲ ਆਪਣੇ 'ਚ ਬਹੁਤ ਸਾਰੀ ਜਿਹੜੀਆਂ ਗੁਰਮਤਿ ਜੀਵਨ ਦੇ ਪੱਖ ਆਪਣੇ ਸੁਣਵਾਈ ਬੈਠਾ ਜੀ ਅਸੀਂ ਇੱਕ ਦੋ ਖਿਆਲ ਜਿਹਨੂੰ ਕਿ ਆਪਣਾ ਸਮਾਂ ਸੀਮਤ ਹੁੰਦਾ ਇੱਕ ਦੋ ਦੀ ਜਿਹੜੀ ਅਸੀਂ ਜ਼ਰੂਰ ਗੱਲ ਕਰਾਂਗੇ ਜੀ ਦੇਖੋ ਗੁਰਦੁਆਰੇ ਸਾਡੀ ਜੀਵਨ ਦੀ ਘਾਟ ਘੜਨ ਦੇ ਉੱਤਮ ਨਮੂਨੇ ਆ ਓਕੇ ਇੱਥੇ ਸਾਨੂੰ ਗੁਰਮਤਿ ਦੇ ਜੀਵਨ ਨਾਲ ਜੁੜਿਆ ਹੋਇਆ ਹਰੇਕ ਪੱਖ ਜਿਹੜਾ ਉਹ ਸਾਨੂੰ ਇੱਥੋਂ ਸਿੱਖਣ ਨੂੰ ਮਿਲਦਾ ਜੀ ਚਾਹੇ ਉਹ ਸੇਵਾ ਦਾ ਚਾਹੇ ਮਿਲ ਬੈਠਣ ਦਾ ਚਾਹੇ ਇੱਕ ਦੂਜੇ ਨੂੰ ਲਾ ਕੇ ਲੈ ਕੇ ਨਾਲ ਤੁਰਨ ਦਾ ਹਰ ਪੱਖ ਦੇਖੀਏ ਅਸੀਂ ਐਜੂਕੇਸ਼ਨ ਦਾ ਫਿਰ ਸਭ ਤੋਂ ਵੱਡਾ ਜਿਹੜਾ ਹੈਗਾ ਇੱਥੇ ਜਿਹੜਾ ਉਹ ਹੈਗਾ ਕਿ ਗੁਰੂ ਕੋਲੋਂ ਜਾ ਕੇ ਅਸੀਂ ਗੁਰੂ ਦੀ ਸਿੱਖੀ ਨੂੰ ਸਮਝਣਾ ਗੁਰੂ ਸਿੱਖੀ ਦੀ ਭਾਵ ਆ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਅਸੀਂ ਜਿਉਣਾ ਕਿਵੇਂ ਆ ਇੱਕ ਚੰਗੇ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਹਾਂ ਇਹ ਅਸੀਂ ਉੱਥੇ ਬੈਠ ਕੇ ਮੁੱਖ ਰੂਪ ਵਿੱਚ ਗੁਰੂ ਕੋਲੋਂ ਇਹ ਸਮਝਣਾ ਜੀ ਔਰ ਸੰਗਤ ਜਿਹੜੀ ਆ ਸੰਗਤ ਵੀ ਬੈਠ ਕੇ ਸੰਗਤ ਦਾ ਇੰਨਾ ਮਰਥ ਆ ਕਿ ਅਸੀਂ ਸੰਗਤ ਸਾਰਿਆਂ ਨੂੰ ਗੁਰੂ ਦੀ ਕਰਨੀ ਆ ਅਸੀਂ ਆਮ ਤੌਰ 'ਤੇ ਸੰਗਤ ਬਾਰੇ ਵੀ ਕਨਫਿਊਜ਼ ਹੋਏ ਪਏ ਹਾਂ ਰਾਈਟ ਸੰਗਤ ਜਿਹੜੀ ਆ ਉਹ ਅਸੀਂ ਗੁਰੂ ਦੀ ਕਰਨੀ ਆ ਤੁਸੀਂ ਮੈਂ ਬੈਠ ਕੇ ਸੰਗਤ ਨਹੀਂ ਗੁਰੂ ਕੀ ਸੰਗਤ ਨਹੀਂ ਗੁਰੂ ਕੀ ਸੰਗਤ ਜਦੋਂ ਵਿੱਚ ਗੁਰੂ ਬੈਠਾ ਆ ਠੀਕ ਤਾਂ ਸਾਰੇ ਅਸੀਂ ਤਾਂ ਹੀ ਜੇ ਅਸੀਂ ਗੁਰੂ ਦੇ ਕੋਲ ਬੈਠੇ ਹਾਂ ਗੁਰੂ ਦੀ ਸੰਗਤ 'ਚ ਬੈਠੇ ਹਾਂ ਇਕੱਠ ਦਾ ਨਾਂ ਗੁਰੂ ਦੀ ਸੰਗਤ ਨਹੀਂ ਓਕੇ ਇਹ ਠੀਕ ਆ ਕਿ ਅਸੀਂ ਉਹਦੇ ਲਈ ਸ਼ੁੱਧ ਵਰਤ ਲੈਂਦੇ ਹਾਂ ਵਰਤਿਆ ਜਾਂਦਾ ਜੀ ਪਰ ਜਿਸ ਲਈ ਕਿਵੇਂ ਸਵਾਲ ਉਠਾਉਂਦੇ ਜਿਹੜੇ ਜੀ ਚੋਰੇ ਚੱਕੇ ਜਿਹੜੇ ਉਹ ਵੀ ਬੈਠੇ ਹੁੰਦੇ ਆ ਫਿਰ ਉਹ ਵੀ ਸੰਗਤ ਉਹ ਨਹੀਂ ਸੰਗਤ ਜਿਹੜੀ ਸੰਗਤ ਗੁਰੂ ਦੀ ਸੰਗਤ ਆ ਗੁਰੂ ਦਾ ਸੰਗ ਆ ਸਤ ਦਾ ਸਤਸੰਗ ਸਤ ਦਾ ਸੰਗੀ ਸਤਸੰਗੀ ਇਹ ਅਸੀਂ ਸੰਗਤ ਗੁਰੂ ਦੀ ਕਰਨੀ ਆ ਸਾਰਿਆਂ ਨੇ ਜੀ ਗੁਰੂ ਦੀ ਸੰਗਤ ਇਸ ਲਈ ਕਰਨੀ ਕਿ ਅਸੀਂ ਗੁਰੂ ਕੋਲੋਂ ਇਹ ਸਿੱਖ ਸਕੀਏ ਸਮਝ ਸਕੀਏ ਕਿ ਅਸੀਂ ਜ਼ਿੰਦਗੀ ਕਿਵੇਂ ਗੁਜ਼ਾਰਨੀ ਆ ਭਾਈ ਗੁਰਦਾਸ ਦਾ ਇੱਕ ਪੌੜੀ ਆ ਉਹਨਾਂ ਦੀ ਅਤੇ ਉਹਦੇ 'ਚ ਬੜਾ ਸੁੰਦਰ ਖਿਆਲ ਦਿੰਦੇ ਆ ਕਹਿੰਦੇ ਦੇਖੋ ਸਤਿਗੁਰੂ ਸੱਚਾ ਸ਼ਾਹ ਹੈ ਕਹਿੰਦੇ ਗੁਰੂ ਵੀ ਇੱਕ ਸੱਚਾ ਸ਼ਾਹ ਹੈਗਾ ਜੀ ਇਹ ਵੀ ਇੱਕ ਹੱਟੀ ਆ ਦੁਕਾਨ ਆ ਪਰ ਇਹ ਆਮ ਦੁਨੀਆਦਾਰੀ ਦੁਕਾਨਾਂ ਨਾਲੋਂ ਇੱਕ ਵੱਖਰੀ ਕਿਸਮ ਦੀ ਦੁਕਾਨ ਆ ਇਹ ਦੁਕਾਨ ਕੀ ਕਿਹੋ ਜਿਹੀ ਆ ਕਿ ਇਹਦਾ ਜਿਹੜਾ ਗੁਰੂ ਸ਼ਾਹ ਬੈਠਾ ਹੋਇਆ ਇਹ ਤੁਹਾਡੇ ਕੋਲੋਂ ਕੁਝ ਨਹੀਂ ਮੰਗਦਾ ਜੀ ਦੇਖੋ ਇਹ ਵੀ ਧਿਆਨ ਰਹੇ ਕਿ ਅਸੀਂ ਜੇਕਰ ਕੋਈ ਮਾਇਆ ਭੇਟ ਕਰਦੇ ਹਾਂ ਜੋ ਹੋਰ ਚੀਜ਼ ਭੇਟਾ ਕਰਦੇ ਹਾਂ ਇਹ ਗੁਰੂ ਦੀ ਲੋੜ ਨਹੀਂ ਠੀਕ ਇਹ ਸਾਡਾ ਸਾਂਝਾ ਪਲੇਟਫਾਰਮ ਆ ਬੋਲਕ ਆ ਗੁਰੂ ਦੀ ਜਿੱਥੇ ਕਿ ਜਿਹੜੇ ਜ਼ਿੰਮੇਵਾਰ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਸ ਮਾਇਆ ਨੂੰ ਕੌਮ ਦੀ ਬਿਹਤਰੀ ਲਈ ਸਮਾਜ ਭਲਾਈ ਲਈ ਕਮਿਊਨਿਟੀ ਲਈ ਜਾਂ ਹੋਰ ਜਿਹੜੇ ਲੋਕ ਹਿੱਤ ਨਾਲ ਜੁੜੇ ਹੋਏ ਕਾਰਜ ਜਿਹੜੇ ਆ ਉਸ ਮਾਇਆ ਨਾਲ ਪੂਰੇ ਕੀਤੇ ਜਾਣ ਜੀ ਉਸ ਮਾਇਆ ਨਾਲ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗਾਂ ਬਣੀਆਂ ਲੰਗਰ ਚੱਲਦੇ ਆ ਜਾਂ ਹੋਰ ਸੇਵਾਵਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜੀ ਇਹ ਸੰਗਤਾਂ ਨੇ ਇਹ ਸੋਚ ਕੇ ਮਾਇਆ ਅਰਪਣ ਕਰਨੀ ਆ ਗੁਰੂ ਨੂੰ ਹੀ ਲੋੜ ਨਹੀਂ ਨਾ ਗੁਰੂ ਨੂੰ ਇੰਨੀ ਬਿਲਡਿੰਗਾਂ ਦੀ ਲੋੜ ਆ ਨਾ ਕਿਸੇ ਹੋਰ ਚੰਗੇ ਰੁਮਾਲਿਆਂ ਦੀ ਲੋੜ ਆ ਜੀ ਇਹ ਸਾਡੀ ਆਪਣੀ ਭਾਵਨਾ ਅਸੀਂ ਚਾਹੁੰਦੇ ਹਾਂ ਕਿ ਗੁਰਦੁਆਰਾ ਸਾਡੇ ਆਲੀਸ਼ਾਨ ਇਮਾਰਤਾਂ ਬਣੀਆਂ ਹੋਣ ਚੰਗੀ ਗੱਲ ਆ ਕੋਈ ਮਾੜੀ ਭਾਵਨਾ ਨਹੀਂ ਰਾਈਟ ਪਰ ਜਿਸ ਲਈ ਬਣਾਉਣੀਆਂ ਉਹ ਜ਼ਿਆਦਾ ਮਹੱਤਵਪੂਰਨ ਆ ਠੀਕ ਤੁਸੀਂ ਗੁਰੂ ਕੋਲ ਜਾ ਕੇ ਸਮਝਣਾ ਸੀ ਕਿ ਅਸੀਂ ਕਿਸ ਤਰ੍ਹਾਂ ਨਾਲ ਇੱਕ ਜ਼ਿੰਦਗੀ ਜ਼ਿੰਦਗੀ ਜਿਉਣੀ ਆ ਤੂੰ ਮੈਂ ਭਾਈ ਗੁਰਦਾਸ ਦਾ ਉਦਾਹਰਣ ਦੇ ਰਿਹਾ ਸੀ ਉਹ ਕਹਿੰਦੇ ਕਿ ਇੱਥੇ ਆ ਕੇ ਅਸੀਂ ਜਿਹੜਾ ਗੁਰੂ ਆ ਉਹ ਸਾਨੂੰ ਉਤਸ਼ਾਹਿਤ ਕਰਦਾ ਪ੍ਰੇਰਨਾ ਦਿੰਦਾ ਕਿ ਅਸੀਂ ਜਿਹੜੇ ਆਪਣੇ ਔਗੁਣ ਹੈਗੇ ਆਪਣੀਆਂ ਕਮਜ਼ੋਰੀਆਂ ਉਹ ਗੁਰੂ ਅੱਗੇ ਰੱਖ ਕੇ ਇਹਦੇ ਬਦਲੇ 'ਚ ਗੁਰੂ ਕੋਲੋਂ ਗੁਣ ਲੈ ਕੇ ਜਾਈਏ ਠੀਕ ਔਗੁਣ ਲੈ ਗੁਣ ਵਿਕਣੈ ਬਚਨੈ ਦਾ ਸੂਰਾ ਭਾਈ ਗੁਰਦਾਸ ਜੀ ਦਾ ਕਥਨ ਆ ਕਿ ਇੱਥੇ ਔਗੁਣ ਜਿਹੜੇ ਆ ਉਹ ਅਸੀਂ ਭੇਟ ਕਰਨੇ ਆ
ਔਰ ਉਹ ਦੇ ਕੇ ਅਸੀਂ ਇੱਥੋਂ ਗੁਣ ਵਿਹਾਜਨੇ ਹਾਂ। ਠੀਕ, ਦੁਨੀਆਦਾਰੀ ਦੀਆਂ ਦੁਕਾਨਾਂ ਵਿੱਚ ਇਸ ਤਰ੍ਹਾਂ ਦਾ ਸੌਦਾ ਨਹੀਂ ਹੁੰਦਾ ਜੀ। ਉੱਥੇ ਖੋਟਾ ਸਿੱਕਾ ਦਿਓ, ਅਗਲਾ ਧੱਕੇ ਮਾਰ ਕੇ ਦੁਕਾਨ ਨੂੰ ਬਾਹਰ ਕੱਢਦਾ। ਬਿਲਕੁਲ, ਪਰ ਇੱਥੇ ਖੋਟਿਆਂ ਨੂੰ ਗੁਰੂ ਸਵਾਰਦਾ। ਇਸ ਲਈ ਅੱਗੇ ਕਹਿੰਦੇ ਆ ਉਹ ਕਿ ਇੱਥੇ ਜਿਹੜੇ ਸਿੰਬਲ ਰੁੱਖ ਵਾਂਗੂ ਜਿਹੜੇ ਲੋਕ ਜਿਹੜੇ ਆ, ਜਿਹੜੇ ਫਲਹੀਨ ਆ, ਜਿਹਨਾਂ ਨੂੰ ਕੋਈ ਫਲ ਨਹੀਂ ਲੱਗਦਾ, ਪਰ ਗੁਰੂ ਉਹਨਾਂ ਨੂੰ ਇੰਨਾ ਗੁਣੀ ਬਣਾ ਦਿੰਦਾ ਜੀ ਕਿ ਉਹ ਉਹਨਾਂ ਦਾ ਜੀਵਨ ਮਹਿਕ ਨਾਲ ਭਰ ਜਾਂਦਾ ਜੀ। ਸੁਵਰਨ ਮਨੂਰਾ, ਜਿਹੜਾ ਸੜਿਆ ਹੋਇਆ ਲੋਹਾ ਜਿਹੜਾ ਕਿਸੇ ਕੰਮ ਨਹੀਂ ਆਉਂਦਾ, ਗੁਰੂ ਇਹੋ ਜਿਹੇ ਮਨੁੱਖਾਂ ਨੂੰ ਇੱਥੇ ਪ੍ਰਤੀਕ ਆਏ, ਜਿਹੜਾ ਮਨੂਰ ਆ ਉਹਨਾਂ ਮਨੁੱਖਾਂ ਦਾ ਜਿਹਨਾਂ ਜੀਵਨ ਦੇ ਵਿੱਚ ਕੋਈ ਭਲਿਆਈ ਨਹੀਂ ਜੀ, ਜਿਹਨਾਂ ਇਨਸਾਨੀਅਤ ਤੋਂ ਸੱਖਣੇ ਆ, ਪਰ ਜਦੋਂ ਆ ਕੇ ਉਹ ਸਵੀਕਾਰ ਕਰ ਲੈਂਦੇ ਆ, ਗੁਰੂ ਨੂੰ ਆਪਣਾ ਸਮਰਪਣ ਕਰ ਦਿੰਦੇ ਆ ਕਿ ਮੈਨੂੰ ਆ ਕੇ ਦੱਸ ਕਿ ਮੈਂ ਕਿਹੋ ਜਿਹੀ ਜ਼ਿੰਦਗੀ ਜੀਵਾਂ, ਔਰ ਗੁਰੂ ਦੀ ਸਿੱਖਿਆ ਆਪਣੇ ਔਗੁਣ ਦੇ ਕੇ ਉਹਨਾਂ ਨੂੰ ਸਵੀਕਾਰ ਕਰਕੇ ਉੱਥੇ ਛੱਡ ਕੇ ਗੁਣ ਲੈ ਕੇ ਆਉਂਦੇ ਆ, ਤਾਂ ਉਹ ਸੋਨਾ ਬਣ ਜਾਂਦੇ ਆ, ਉਹ ਗੁਣੀ ਬਣ ਜਾਂਦੇ ਆ ਜੀ। ਫਿਰ ਉਹ ਆਖਦੇ ਆ ਕਿ ਗੁਰੂ ਜਿਹੜਾ ਇਹ ਸਾਨੂੰ ਔਗਣ ਆਰਿਆਂ ਨੂੰ ਗੁਣਾਂ ਦਾ ਖਜ਼ਾਨਾ ਬਣਾ ਦਿੰਦਾ ਜੀ। ਇਹ ਗੁਰੂ ਦਰ ਦੀ ਵਡਿਆਈ ਆ ਕਿ ਸਾਡੇ ਅੰਦਰ ਇਹੋ ਜਿਹਾ ਉਹ ਜੀਵਨ ਪੈਦਾ ਕਰਦਾ, ਸਾਨੂੰ ਇਹ ਜੀਵਨ ਮਿਲਦਾ, ਔਰ ਜੀਵਨ ਸਮਝਣ ਲਈ ਅਸੀਂ ਗੁਰੂ ਕੋਲ ਜਾਣਾ, ਸਾਡਾ ਮੁੱਖ ਮਕਸਦ ਇਹੀ ਸੀਗਾ। ਠੀਕ, ਅਸੀਂ ਗੁਰੂ ਸ਼ਬਦ ਦਾ ਇੱਕ ਬਾਣੀ ਦਾ ਸ਼ਬਦ ਲੈ ਕੇ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਆ ਕਿ ਸੰਤੋ ਇਹਾ ਬਤਾਵੋ ਕਾਰੀ ਜਿਤ ਹਉ ਮੈਂ ਗਰਭ ਨਿਵਾਰੀ। ਹੇ ਸੰਤੋ, ਹੇ ਸਤਿਗੁਰੂ, ਕਿ ਮੈਨੂੰ ਇਹੋ ਜਿਹਾ ਮੈਨੂੰ ਇਲਾਜ ਦੱਸੋ, ਮੈਂ ਬਿਮਾਰ ਹਾਂ ਜੀ, ਮੈਂ ਨਾਰਮਲ ਬੰਦਾ ਨਹੀਂ, ਮਾਨਸਿਕ ਤੌਰ 'ਤੇ ਬਿਮਾਰ ਹਾਂ, ਆਤਮਿਕ ਰੋਗੀ ਹਾਂ, ਰੋਗਾਂ ਨਾਲ ਭਰਿਆ ਪਿਆ, ਪਰ ਮੇਰੇ ਬਹੁਤ ਕਮਜ਼ੋਰੀਆਂ, ਮੈਂ ਸੱਚੀ ਸੁੱਚੀ ਇਨਸਾਨੀਅਤ ਨੂੰ ਅਪਣਾਉਣ ਨੂੰ ਅਸਮਰਥ ਹਾਂ, ਤੁਹਾਡੇ ਕੋਲ ਆਇਆ, ਕੋਈ ਇਹੋ ਜਿਹਾ ਇਲਾਜ ਦੱਸੋ, ਦਵਾਈ ਦਿਓ, ਜਿਹੜੀ ਦਵਾਈ ਵਰਤ ਕੇ ਮੈਂ ਆਪਣੇ ਇਹਨਾਂ ਰੋਗਾਂ ਤੋਂ ਛੁਟਕਾਰਾ ਪਾ ਸਕਾਂ ਜੀ। ਸੰਤੋ ਇਹਾ ਬਤਾਵੋ ਕਾਰੀ ਜਿਤ ਹਉ ਮੈਂ ਗਰਭ ਨਿਵਾਰੀ। ਗੁਰੂ ਸਾਹਿਬ ਅਨੁਸਾਰ ਹਉ ਮੈਂ ਸਭ ਤੋਂ ਵੱਡਾ ਆਤਮਿਕ ਰੋਗ ਆ ਜੀ, ਜਿਹੜਾ ਰੋਗ ਜਿਹੜਾ ਈਵਨ ਬਾਹਰਲੀ ਦੁਨੀਆ ਛੱਡੋ, ਅੱਜ ਕਥਿਤ ਧਾਰਮਿਕ ਦੁਨੀਆ ਵਿੱਚ ਵੀ ਇਹ ਰੋਗ ਜਿਹੜਾ ਉਹ ਸਿਖਰਾਂ 'ਤੇ ਪਹੁੰਚਿਆ ਆ। ਰਾਈਟ, ਧਾਰਮਿਕ ਹਉਮੈ ਅੱਜ ਬੜੀ ਭਿਆਨਕ ਰੂਪ ਧਾਰਨ ਕਰ ਚੁੱਕੀ ਆ ਜੀ, ਭਾਵੇਂ ਹਮੇਸ਼ਾ ਰਹੀ ਆ, ਪਰ ਅੱਜ ਤਾਂ ਇਹ ਬੜਾ ਭਿਆਨਕ ਰੂਪ ਇਹਨੇ ਧਾਰਨ ਕੀਤਾ ਹੋਇਆ। ਤਾਂ ਗੁਰੂ ਸਾਹਿਬ ਖਿਆਲ ਦਿੰਦੇ ਆ, ਸਾਨੂੰ ਦੱਸਦੇ ਆ, ਗੁਰੂ ਸਾਹਿਬ ਦਾ ਦੱਸਣ ਵਾਲੇ ਆ, ਉਹ ਤਾਂ ਆਪ ਇਸ ਚੀਜ਼ ਤੋਂ ਉੱਪਰ ਉੱਠੇ ਹੋਏ ਆ, ਉਹ ਤਾਂ ਅਰੋਗ ਆ, ਤੰਦਰੁਸਤ ਆ, ਉਹ ਤਾਂ ਰੋਗੀਆਂ ਨੂੰ ਰੋਗ ਤੋਂ ਮੁਕਤੀ ਦਿਵਾਉਣ ਵਾਲੇ ਆ, ਪਰ ਫਿਰ ਵੀ ਮਹਾਰਾਜ ਆਪਣੇ ਉੱਤੇ ਟੁਕਾ ਕੇ ਗੱਲ ਕਰ ਰਹੇ ਆ ਕਿ ਮੈਂ ਆਪਣੇ ਹਉਮੈ ਰੋਗ ਨੂੰ ਦੂਰ ਕਰ ਸਕਾਂ, ਮਿਟਾ ਸਕਾਂ, ਜਿਹੜਾ ਬੜਾ ਮਾਰੂ ਰੋਗ ਆ, ਸਾਰੇ ਆਤਮਿਕ ਰੋਗ ਇਸ ਰੋਗ ਤੋਂ ਹੀ ਪੈਦਾ ਹੋ ਰਹੇ ਆ, ਤਾਂ ਮੈਨੂੰ ਇਹੋ ਜਿਹਾ ਕੋਈ ਇਲਾਜ ਦੱਸੋ। ਇਹ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਜੀ, ਔਰ ਸ਼ਬਦ ਦੀਆਂ ਬਾਕੀ ਤੁਕਾਂ ਵਿੱਚ ਫਿਰ ਇਹਦਾ ਵਿਸਤਾਰ ਕੀਤਾ ਹੋਇਆ। ਗੁਰੂ ਸਾਹਿਬ ਇਸੇ ਸ਼ਬਦ ਦੇ ਵਿੱਚ ਸ਼ੁਰੂ ਵਿੱਚ ਕਹਿੰਦੇ ਆ ਕਿ ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਤਹਾਰੀ, ਕਿ ਮੈਨੂੰ ਉਹ ਦਵਾਈ ਦੱਸੋ, ਉਹ ਇਲਾਜ ਦੱਸੋ, ਮੇਰਾ ਇਲਾਜ ਕਰਾਂ, ਕਿ ਮੇਰੇ ਅੰਦਰੋਂ ਬਿਨਸੈ ਮੋਹ ਮੇਰਾ, ਬਿਨਸੈ ਨਾਸ਼ ਹੋ ਜਾਵੇ, ਮਿਟ ਜਾਏ। ਠੀਕ, ਮੋਹ ਜਿਹੜਾ ਮੋਹ ਹੈਗਾ, ਮੋਰ ਪਿਆਰ ਵਿੱਚ ਫਰਕ ਆ। ਰਾਈਟ, ਪਿਆਰ ਜਿਹਦੇ ਅੰਦਰ ਪਿਆਰ ਦਾ ਉਛਾਲ ਆਇਆ ਆ, ਉਹਦੇ ਫਿਰ ਆਪਣਾ ਬਗਾਨਾ ਨਹੀਂ ਰਹਿੰਦਾ ਜੀ, ਉਹ ਇਸ ਲਾਈਟ ਵਾਂਗੂ ਆ, ਜਿਹੜਾ ਪਿਆਰ ਆ ਜੀ, ਕਿ ਜਿਹੜਾ ਵੀ ਇੱਥੇ ਆ ਕੇ ਬੈਠਾ ਇਹਨੇ ਚਾਨਣ ਕਰਨਾ ਕਰਨਾ। ਜਿਹੜਾ ਮੋਹ ਹੈਗਾ ਉਹ ਕੇਵਲ ਆਪਣਿਆਂ ਤੱਕ ਸੀਮਤ ਆ ਜੀ, ਉਹਨਾਂ ਸਾਰਿਆਂ 'ਤੇ ਲਾਈਟ ਨਹੀਂ ਪਾਉਣੀ, ਕੇਵਲ ਆਪਣਿਆਂ 'ਤੇ ਸਿੱਟਣੀ ਆ, ਉਹਨਾਂ ਕੇਵਲ ਆਪਣਿਆਂ ਦਾ ਖਿਆਲ, ਜਿਹੜੇ ਉਹਦੇ ਆਪਣੇ ਆ, ਚਾਹੇ ਉਹ ਆਪਣਾ ਪਰਿਵਾਰ, ਆਪਣੀ ਪਾਰਟੀ, ਆਪਣਾ ਧੜਾ, ਆਪਣੀ ਜਥੇਬੰਦੀ, ਆਪਣਾ ਧਰਮ, ਆਪਣੀ ਕੌਮ, ਆਪਣੀ ਜ਼ਾਤ, ਆਪਣਾ ਇਲਾਕਾ, ਉਹਨੇ ਉੱਥੋਂ ਤੱਕ ਸੀਮਤ ਰਹਿਣਾ, ਪਰ ਜਿਹੜਾ ਪਿਆਰ ਆ ਉਹ ਸਾਰਿਆਂ ਲਈ ਆ। ਜੇ ਅਸੀਂ ਗੁਰੂ ਸਾਹਿਬ ਬਾਰੇ ਜਿਸ ਲਈ ਦੇਖਦੇ ਹਾਂ, ਤਾਂ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਬਾਰੇ ਲਿਖਦੇ ਆ ਕਿ ਬਾਬਾ ਦੇਖਿਆ ਧਿਆਨ ਤਾਰ, ਜਲਦੀ ਸਭ ਪ੍ਰਿਥਵੀ ਦਿਸਿਆਈ ਜੀ, ਉਹਨੂੰ ਕੇਵਲ ਆਪਣੇ ਨਹੀਂ ਦਿਸੇ ਕਿ ਜਿਹੜੇ ਮੇਰੇ ਆਪਣੇ ਆ, ਜਾਤ ਭਰਾ, ਉਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ, ਦੁਖੀ ਹੋ ਰਹੇ ਆ, ਪਾਪਾਂ ਦੇ ਚੱਕੀ ਪਿੱਸੇ ਜਾ ਰਹੇ ਆ। ਨਹੀਂ, ਭਾਈ ਗੁਰਦਾਸ ਨੇ ਬੜਾ ਖੂਬਸੂਰਤ ਸ਼ਬਦ ਵਰਤੇ ਆ ਕਿ ਜਲਦੀ ਸਭ ਪ੍ਰਿਥਵੀ ਦਿਸਿਆਈ ਜੀ, ਕਿ ਪ੍ਰਿਥਵੀ ਦਾ ਹਰ ਪ੍ਰਾਣੀ, ਭਾਵੇਂ ਕਿਸੇ ਵੀ ਜਾਤ ਦਾ ਸੀ, ਧਰਮ ਦਾ ਸੀ, ਇਲਾਕੇ ਦਾ ਸੀ, ਇਸਤਰੀ ਸੀ, ਪੁਰਸ਼ ਸੀ, ਅਮੀਰ ਸੀ, ਗਰੀਬ ਸੀ, ਪਾਪੀ ਸੀ, ਪੁਣੀ ਸੀ, ਗੁਰੂ ਸਾਹਿਬ ਨੇ ਸਾਰੀ ਦ੍ਰਿਸ਼ਟੀ ਵਿੱਚ ਆਇਆ ਕਿ ਕਿਸ ਤਰ੍ਹਾਂ ਅਗਿਆਨਤਾ ਕਾਰਨ ਉਹ ਪਾਪਾਂ ਦੀ ਚੱਕੀ ਵਿੱਚ ਪੀਸੇ ਜਾ ਰਹੇ ਆ ਜੀ। ਇਹ ਪਿਆਰ ਦਾ ਸਰੂਪ ਆ। ਤਾਂ ਗੁਰੂ ਕੋਲੋਂ ਸੀ ਜਾ ਕੇ ਸਮਝ ਨਾ, ਇਹ ਗੱਲ ਸਮਝ ਨਹੀਂ ਸੀ ਗੁਰਦੁਆਰੇ
कि साढ़े अंदरों जी वो मोह हैगा मोह का नाश हो बिनसै मोह मेरा अर तेरा जी मेरी तेरी सी मेरा अपना ये मेरा अपना ये बगाना ये मेरा मित्र आ मेरा शत्रु आ असीं ये कुछ कर रहे हैं ठीक ये असीं गुरु को आके ये समझना सी सीखना सीगा कि साढ़े अंदरों ये जी सोच आ ये सोच खत्म हो बिनसै अपनी तारी जी जिहड़ा अपनी तारी जी अपनाता माया की पकड़ आ माया की पकड़ तो भाव केवल डालर तू नहीं रुपया पैसों तू नहीं भाव हर वो शह माया ही आ जिदे अटैच जिंद अटैचमेंट मनुख को सच नालों तोड़ दें जी किसी भी चीज़ की जी अटैचमेंट आ जी ममता लगाओ इसलिए कह जित ये माया जित हर विसरै मोह उपजै पाओ दूजा लाया जी गुरु साहब कहते हैं कि इहोजा कोई इलाज दसो दवाई दसो राइट जिदी दवाई की मैं वरतों करा मैं अपने अंदरों ये जिहड़ा मोह आ मेर तेरा ये खत्म कर सका ये जी अपनी धारी आ अपनाता माया मोह की लगन आ जी जी ये मैं अपने अंदरों मटा सकाँ खत्म कर सकाँ राइट समय जी पैसे छोटी जी ब्रेक जी के गुरु साहब की कह रहे हैं इस बारे जानकारी लेने हैं इस ब्रेक तो बाद जी जी My name is Jeevan Bath, and I'd like to tell you why you should purchase your next vehicle from Sukhi Bath Motors. Sukhi Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit SukhiBathMotors.com today. ਭਾਈ ਜਸਬੀਰ ਸਿੰਘ ਜੀ ਸਾਨੂੰ ਅੱਜ ਦੱਸ ਰਹੇ ਨੇ ਕਿ ਗੁਰਦੁਆਰੇ ਜਾਣ ਦਾ ਕੀ ਮਕਸਦ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ ਆਓ ਮੁੜ ਤੋਂ ਜੁੜਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਹਾਂਜੀ ਭਾਈ ਸਾਹਿਬ ਅਸੀਂ ਗੁਰੂ ਸਾਹਿਬ ਦੇ ਸ਼ਬਦ ਆਸਰਾ ਲੈ ਰਹੇ ਸੀ ਕਿ ਜਿਹਦੇ 'ਚ ਸਾਨੂੰ ਦੱਸਿਆ ਕਿ ਅਸੀਂ ਗੁਰੂ ਕੋਲ ਕਿਉਂ ਜਾਣਾ ਸਾਡੇ ਜਾਣ ਦਾ ਕੀ ਮਕਸਦ ਕੀ ਆ ਜੀ ਸਾਡੇ ਸਮਾਜਿਕ ਬਾਕੀ ਭਾਈਚਾਰਕ ਉਹ ਇੱਕ ਪਾਸੇ ਆ ਉਹਨਾਂ ਦੀ ਆਪਣੀ ਮਹੱਤਤਾ ਆਪਣੀ ਜ਼ਰੂਰਤ ਆ ਉਹਦੇ ਅਸੀਂ ਇਨਕਾਰ ਨਹੀਂ ਕੀਤਾ ਜਾ ਸਕਦਾ ਠੀਕ ਪਰ ਇਹ ਜਿਹੜੀਆਂ ਇਹ ਗਾਉਣ ਆ ਇਹ ਦੂਜੇ ਨੰਬਰ 'ਤੇ ਆ ਜਾਂਦੀਆਂ ਜਿਹੜਾ ਮੁੱਖ ਮਕਸਦ ਆ ਉੱਥੇ ਜਾਣ ਦਾ ਜਿਹਦੇ ਲਈ ਇਹ ਹੋਂਦ ਵਿੱਚ ਆਏ ਬਣੇ ਜੀ ਗੁਰੂ ਸਾਹਿਬ ਨੇ ਸਥਾਪਿਤ ਕੀਤੇ ਅਸੀਂ ਉਹਦੀ ਗੱਲ ਕਰ ਰਹੇ ਹਾਂ ਅਸੀਂ ਦੂਜਿਆਂ ਤੋਂ ਇਨਕਾਰ ਨਹੀਂ ਕਰ ਰਹੇ ਜੋ ਸਮਾਜਿਕ ਸਾਡੀਆਂ ਸੰਸਥਾਵਾਂ ਜਾਂ ਸਮਾਜ ਜੁੜੇ ਹੋਏ ਆ ਪਹਿਲੂ ਜੋ ਐਸਪੈਕਟ ਆ ਉਹਨਾਂ ਤੋਂ ਡਿਨਾਈ ਨਹੀਂ ਕਰ ਰਹੇ ਠੀਕ ਪਰ ਜਿਹੜਾ ਮੁੱਖ ਜੇ ਅਸੀਂ ਉਹਦੀ ਗੱਲ ਕਰ ਰਹੇ ਹਾਂ ਕਿ ਮੁੱਖ ਰੂਪ ਜੇ ਅਸੀਂ ਗੁਰੂ ਕੋਲ ਉਹ ਨਹੀਂ ਸਮਝੇ ਆ ਤਾਂ ਗੁਰੂ ਕੋਲ ਅਸੀਂ ਖਾਲੀ ਆ ਗਏ ਅਤੇ ਕੁਝ ਸਿੱਖਿਆ ਨਹੀਂ ਸਮਝਿਆ ਨਹੀਂ ਇਹ ਗੁਰੂ ਕੋਲੋਂ ਸਾਨੂੰ ਮਿਲਣਾ ਜੀ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਬਾਜ਼ਾਰ 'ਚੋਂ ਨਹੀਂ ਮਿਲਦੀਆਂ ਠੀਕ ਅਸੀਂ ਵੀ ਦੇਖੀਏ ਕਿ ਸਾਡੇ ਯੂਨੀਵਰਸਿਟੀਆਂ ਕਾਲਜਾਂ ਅੱਜ ਦੀ ਜਿਹੜਾ ਦੇਖੀਏ ਆਸੇ ਪਾਸੇ ਨਜ਼ਰ ਮਾਰੀਏ ਸਾਡੀਆਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਤਾਂ ਇਹ ਪੜ੍ਹਾਇਆ ਜਾਂਦਾ ਕਿ ਤੁਸੀਂ ਇੱਕ ਵਧੀਆ ਡਾਕਟਰ ਕਿਸ ਤਰ੍ਹਾਂ ਬਣ ਸਕਦੇ ਜੇ ਰਾਈਟ ਚੰਗਾ ਇੰਜੀਨੀਅਰ ਕਿਸ ਤਰ੍ਹਾਂ ਬਣਨਾ ਡਰਾਫਟਸਮੈਨ ਹੋਰ ਕਈ ਕੁਝ ਜੋ ਵੀ ਹੈ ਜੀ ਇੱਕ ਬਿਜ਼ਨਸਮੈਨ ਬਿਲਕੁਲ ਉਹਦੀ ਟ੍ਰੇਨਿੰਗ ਬੜੀ ਵਧੀਆ ਟ੍ਰੇਨਿੰਗ ਦਿੱਤੀ ਜਾ ਰਹੀਆਂ ਰਾਈਟ ਸਪੈਸ਼ਲਿਸਟ ਜਿਹੜੀਆਂ ਉਹ ਗਾਂ ਤੋਂ ਗਾਂ ਜਿਹੜੀਆਂ ਹੋ ਰਹੀਆਂ ਬਰੀਕੀ ਜਿਹੜੀ ਹੈ ਸਮਝਣ ਦੀਆਂ ਜੁਗਤੀਆਂ ਸਜਾਈਆਂ ਜਾ ਰਹੀਆਂ ਪਰ ਇੱਕ ਚੀਜ਼ ਮਨਫੀ ਹੋ ਰਹੀ ਹੈ ਅੱਜ ਦੀ ਵਿੱਦਿਆ ਵਿੱਚ ਕਿ ਤੁਸੀਂ ਚੰਗਾ ਇਨਸਾਨ ਕਿਸ ਤਰ੍ਹਾਂ ਬਣਨਾ ਬਿਲਕੁਲ ਇਹ ਨਹੀਂ ਸਿਖਾਇਆ ਜਾ ਰਿਹਾ ਇਸ ਲਈ ਅਸੀਂ ਦੇਖਦੇ ਹਾਂ ਕਿ ਹਰ ਫੀਲਡ ਵਿੱਚ ਭਾਵੇਂ ਰਸਮੀ ਤੌਰ 'ਤੇ ਉਹਨਾਂ ਨੂੰ ਆਖਿਆ ਜਾਂਦਾ ਕਿ ਤੁਹਾਡਾ ਕੋਡ ਆਫ ਕੰਡਕਟ ਹੈਗਾ ਪਰ ਆਮ ਬੰਦਾ ਪੜ੍ਹਨ ਵਾਲਾ ਜਿਹੜਾ ਉਹ ਕੇਅਰ ਨਹੀਂ ਕਰਦਾ ਕਿਉਂਕਿ ਉਹਦੀ ਬੁਨਿਆਦ ਹੀ ਨਹੀਂ ਰੱਖੀ ਹੋਈ ਜੀ ਇਸ ਲਈ ਹਰ ਫੀਲਡ ਵਿੱਚ ਇਸ ਲਈ ਜਿਹੜਾ ਆਮ ਸਧਾਰਨ ਬੰਦਾ ਅੱਜ ਓਨਾ ਕਰਪਟ ਨਹੀਂ ਜਿੰਨਾ ਪੜ੍ਹਿਆ ਲਿਖਿਆ ਮੈਨੂੰ ਕਰਪਟ ਆ ਰਾਈਟ ਆਮ ਬੰਦੇ ਨੇ ਖਾਣ ਪੀਣ ਚੀਜ਼ਾਂ ਦੀ ਮਿਲਾਵਟ ਕੀ ਕਰ ਲੈਣੀ ਆ ਚਾਹੇ ਉਹ ਰਾਜਨੀਤਿਕ ਆ ਚਾਹੇ ਈਵਨ ਦਵਾਈਆਂ ਜਿਹੜੀ ਬਣਾਉਂਦੀਆਂ ਬਾਕੀ ਫੈਕਟਰੀਆਂ ਲੱਗੀਆਂ ਹੋਈਆਂ ਜੀ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਆ ਸਧਾਰਨ ਖਾਣ ਪੀਣ ਚੀਜ਼ਾਂ ਵਿੱਚ ਮਿਲਾਵਟ ਕਰ ਰਹੇ ਆ ਉਹ ਸਧਾਰਨ ਮਨੁੱਖ ਨੇ ਕਿੰਨੀ ਕਰ ਲੈਣੀ ਆ ਪਰ ਜਿਹੜੇ ਵੱਡੇ ਪੱਧਰ 'ਤੇ ਕਰਨ ਵਾਲੇ ਜਿਹੜੇ ਕਿ ਜਿਹਨਾਂ ਨਾਲ ਕਰੋੜਾਂ ਬੰਦੇ ਪ੍ਰਭਾਵਿਤ ਹੁੰਦੇ ਆ ਉਹ ਕਰਦੇ ਆ ਉਹ ਪੜ੍ਹੇ ਲਿਖੇ ਬੰਦੇ ਆ ਉਹਨਾਂ ਪਿੱਛੇ ਜਿਹੜੇ ਆ ਉਹਨਾਂ ਪਿੱਛੇ ਉਹਨਾਂ ਦਾ ਦਿਮਾਗ ਕੰਮ ਕਰ ਰਹੇ ਆ ਜੇ ਅੱਜ ਜਿਹੜੇ ਸਾਇੰਟਿਸਟ ਸੀ ਉਹਨਾਂ ਲੋਕਾਂ ਦੀ ਭਾਵਨਾ ਬੜੀ ਸ਼ੁੱਧ ਸੀ ਉਹਨਾਂ ਨੇ ਬਹੁਤ ਕੁਝ ਮਨੁੱਖ ਨੂੰ ਦਿੱਤਾ ਜਿਹੜਾ ਬੰਦਾ ਲਾਭ ਉਠਾ ਰਿਹਾ ਠੀਕ ਪਰ ਇਹ ਕੌਣ ਨਹੀਂ ਜਾਣਦਾ ਕਿ ਅੱਜ ਪ੍ਰੈਸ਼ ਲੋਕਾਂ ਦੇ ਕਾਰਨ ਅੱਜ ਦੁਨੀਆ ਤਬਾਹੀ ਦੇ ਕਿਨਾਰੇ ਖੜੀ ਆ ਬਿਲਕੁਲ ਕਿਸੇ ਲਈ ਕਿਸੇ ਸਿਰੇ ਫਿਰ ਇਹਨੇ ਬਟਨ ਦਬਾ ਤਾ ਦੁਨੀਆ ਫਿਨਿਸ਼ ਰਾਈਟ ਗੁਰੂ ਸਾਹਿਬ ਜਿਹੜੇ ਸਾਨੂੰ ਅਸੀਂ ਗੁਰੂ ਸਾਹਿਬ ਕੋਲੋਂ ਇਹ ਸਿੱਖਣਾ ਸੀਗਾ ਸਾਨੂੰ ਉੱਥੇ ਜਿਹੜਾ ਦੱਸਣਾ ਉਹ ਗੁਰੂ ਸਾਹਿਬ ਮਨਾ ਨਹੀਂ ਕਰਦੇ ਡਾਕਟਰ ਨਾ ਬਣ ਇੰਜੀਨੀਅਰ ਨਾ ਬਣ ਜਾਂ ਬਿਜ਼ਨਸਮੈਨ ਨਾ ਬਣੋ ਕਹਿੰਦੇ ਘਰ ਜਮ ਜਮ ਘਰ ਕਰਨਾ ਚਾਹੀਦਾ ਗੁਰੂ ਸਾਹਿਬ ਪ੍ਰਮੋਟ ਕਰਦੇ ਸੀਗੇ ਜਿਹਦੇ 'ਚ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਨਗਰ ਵਸਾਇਆ ਬਿਲਕੁਲ ਤਾਂ 52 ਤਰ੍ਹਾਂ ਦੇ ਕਿੱਤਿਆਂ ਦੇ ਲੋਕ ਜਿਹੜੇ ਉਹ ਵਸਾਏ ਆ ਬਿਲਕੁਲ ਗੁਰੂ ਸਾਹਿਬ ਖੁਦ ਪ੍ਰਮੋਟ ਕਰਦੇ ਰਹੇ ਆ
ਪਰ ਉਹ ਇਹ ਜ਼ਰੂਰ ਦ੍ਰਿੜ ਕਰਾਉਂਦੇ ਰਹੇ ਕਿ ਭਾਵੇਂ ਕਿਸੇ ਵੀ ਬਿਜ਼ਨਸ ਵਿੱਚ ਹਾਂ ਪਰ ਇਨਸਾਨੀਅਤ ਦਾ ਪੱਲਾ ਨਾ ਛੱਡੀ। ਠੀਕ। ਇਸ ਲਈ ਗੁਰੂ ਸਾਹਿਬ ਦੇ ਸਿੱਖ ਵਪਾਰੀ ਵੀ ਸੀਗੇ, ਇਸ ਲਈ ਉਹਨਾਂ ਨੇ ਆਮ ਪ੍ਰਚਾਰਕਾਂ ਨੇ ਪ੍ਰਚਾਰ ਨਹੀਂ ਕੀਤਾ ਜਿੰਨਾ ਕਿ ਇਹਨਾਂ ਲੋਕਾਂ ਨੇ ਕੀਤਾ ਜਿਹੜੇ ਵਪਾਰੀ ਲੋਕ ਸੀਗੇ। ਰਾਈਟ। ਭਾਈ ਲੱਖਣੀ ਸ਼ਾਹ ਵਪਾਰੀ ਸੀਗੇ, ਮਨਸੁਖ ਵਪਾਰੀ ਸੀਗੇ, ਲੰਕਾ ਤੱਕ ਪਹੁੰਚੇ ਆ, ਵਪਾਰੀ ਸਿੱਖ ਸੀਗੇ ਜੀ। ਪਰ ਇਹਨਾਂ ਅੰਦਰ ਕਿਉਂਕਿ ਉਹ ਸਿੱਖੀ ਦਾ ਜਜ਼ਬਾ ਸੀ, ਸਿੱਖੀ ਨੂੰ ਸਮਝਿਆ ਸੀਗਾ, ਔਰ ਇਹਨਾਂ ਨੂੰ ਜੀਵਨ ਨੂੰ ਦੇਖ ਕੇ ਦੂਜੇ ਵੀ ਪ੍ਰਭਾਵਿਤ ਹੁੰਦੇ ਆ ਜੀ। ਜੀਵਨ ਦੁਕਾਨਦਾਰ ਸੀ, ਦੁਕਾਨਦਾਰ ਜਿਹਨੂੰ ਤਬਦੀਲੀ ਆ ਜਾਂਦੀ ਸੀ, ਉਹ ਦੁਕਾਨ ਨਹੀਂ ਛੱਡਦਾ। ਠੀਕ। ਸਿੱਖ ਬਣਨ ਮਗਰੋਂ ਉਹ ਦੁਕਾਨਦਾਰੀ ਛੱਡਦਾ ਨਹੀਂ ਸੀਗਾ, ਦੁਕਾਨਦਾਰੀ ਕਰਦਾ ਸੀ, ਪਰ ਉਹਦਾ ਜਿਹੜਾ ਐਟੀਟਿਊਡ ਸੀ ਉਹ ਬਦਲ ਜਾਂਦਾ ਸੀਗਾ। ਪਹਿਲਾਂ ਸੀ ਗਾਹਕਾਂ ਦੇ ਛਿੱਲ ਲਾਉਣੀ ਜਿਵੇਂ ਵੀ ਹੋਵੇ ਜੀ, ਪਰ ਉਹ ਨਫ਼ਾ ਤਾਂ ਖੱਡ ਰਹੇ ਆ, ਆਖਰ ਵਪਾਰ ਆ, ਦੁਕਾਨ ਆ, ਪਰ ਹੁਣ ਜਿੰਨਾ ਕੋਈ ਲੋੜੀਂਦਾ ਜ਼ਰੂਰੀ ਆ ਉਨਾ ਹੀ ਕਰਦਾ। ਠੀਕ। ਇਸ ਲਈ ਬਹੁਤ ਸਾਰੇ ਗੁਰੂ ਕੇ ਸਿੱਖਾਂ ਨੂੰ, ਦੁਕਾਨਦਾਰਾਂ ਨੂੰ ਦੇਖ ਕੇ ਲੋਕ ਸਿੱਖ ਬਣੇ ਆ ਜੀ, ਉਹਨਾਂ ਦੇ ਜੀਵਨ ਦੀ ਪਵਿੱਤਰਤਾ ਦੇਖ ਕੇ। ਤੁਸੀਂ ਗੁਰੂ ਸ਼ਬਦ ਵੱਲ ਆਉਂਦੇ ਆ ਕਿ ਗੁਰੂ ਸਾਹਿਬ ਕਹਿ ਰਹੇ ਆ ਕਿ ਇਹੋ ਜਿਹੀ ਦਵਾਈ ਦੇ, ਕਿਹੋ ਜਿਹੀ ਦਵਾਈ? ਕਹਿੰਦੇ ਸਰ ਭੂਤ ਪਾਰ ਬ੍ਰਹਮ ਕਾਨਮ ਮਾਨਿਆ ਹੋਵਾਂ ਸਗਲ ਰਨਿਆਰੀ। ਭੂਤ ਸਰੀਰ ਵਿਅਕਤੀ ਜੀ, ਸਾਰਿਆਂ ਸਰੀਰਾਂ ਵਿੱਚ ਮੈਂ ਰੱਬ ਨੂੰ ਵਸਦਿਆਂ ਹੋਇਆ ਪਛਾਣ ਲਵਾਂ ਜੀ। ਇਹ ਅਸੀਂ ਗੁਰੂ ਕੋਲ ਸਮਝਣਾ ਸੀ, ਥੋੜ੍ਹਾ ਸਵਾਲ ਸੀਗਾ ਕਿ ਅਸੀਂ ਫਿਰ ਜਾਣਾ ਕਿਉਂ ਆ। ਬਿਲਕੁਲ। ਅਸੀਂ ਗੁਰੂ ਕੋਲੋਂ ਸਮਝਣਾ ਸੀਗਾ ਕਿ ਤੂੰ ਮੈਨੂੰ ਇਹੋ ਜਿਹੀ ਮੱਤ ਦੇ, ਇਹੋ ਜਿਹੀ ਦਵਾਈ ਦੇ, ਸਮਝ ਦੇ ਕਿ ਜਿਹਦੇ ਨਾਲ ਮੇਰੇ ਅੰਦਰ ਇਹ ਚੀਜ਼ ਘਰ ਘਰ ਜਾਵੇ ਕਿ ਰੱਬ ਜਿਹੜਾ ਉਹ ਕੋਈ ਮੇਰੇ 'ਚ ਹੀ ਨਹੀਂ ਵਸਿਆ ਹੋਇਆ, ਮੇਰੇ ਪਰਿਵਾਰ ਵਿੱਚ ਹੀ ਨਹੀਂ ਬਲਕਿ ਸਾਰਿਆਂ ਮਨੁੱਖਾਂ ਵਿੱਚ ਰੱਬ ਹੀ ਵਸਿਆ ਹੋਇਆ। ਠੀਕ। ਮੈਂ ਸਮਝਾਂ ਕਿ ਸਾਰਿਆਂ ਵਿੱਚ ਜਿਹੜਾ ਉਹ ਤੂੰ ਹੀ ਵਸਿਆ ਹੋਇਆ, ਇਹ ਮਾਲਕ ਤੂੰ ਮੈਨੂੰ ਇਹ ਬਖਸ਼ਿਸ਼ ਕਰ। ਸਰਵ ਭੂਤ ਪਾਰ ਬ੍ਰਹਮ ਕਰਮ ਮਾਨਿਆ ਹੋਵਾਂ ਸਗਲ ਦੇ ਨਾਰੀ, ਕਿ ਜਿੱਥੇ ਮੈਂ ਸਾਰੇ ਜੀਵਨ 'ਚ ਰੱਬ ਵਸਦਾ ਦੇਖਾਂ ਜੀ, ਫਿਰ ਮੈਂ ਆਪਣੇ ਆਪ ਨੂੰ, ਮੈਨੂੰ ਇੰਨੀ ਤੂੰ ਸਮਝ ਦੇਵੇਂ ਕਿ ਮੈਂ ਨਹੀਂ ਆਤਮ ਉੱਚਾ ਉੱਠ ਜਾਵਾਂ, ਪਰ ਫਿਰ ਵੀ ਮੇਰੇ ਅੰਦਰ ਆਕੜ ਨਾ ਹੋਵੇ ਕਿ ਮੈਨੂੰ ਇਹ ਸਮਝ ਆ ਗਈ ਜੀ, ਨਹੀਂ ਹੋਵਾਂ ਸਗਲ ਰੇ ਨਾਰੀ, ਮੈਂ ਆਪਣੇ ਆਪ ਨੂੰ ਸਾਰਿਆਂ ਦੇ ਚਰਨ ਧੂੜ ਸਮਝਾਂ। ਚਰਨ ਧੂੜ ਪ੍ਰਤੀਕ ਆ ਕਿ ਜਿਹੜੇ ਈਵਨ ਮੇਰੇ ਕੋਲੋਂ ਨੀਵੇਂ ਵੀ ਆ ਜਾਂ ਘਟੀਆ ਇਨਸਾਨ ਵੀ ਆ, ਪਰ ਮੈਂ ਇਸ ਆਕੜ ਵਿੱਚ, ਹੈਂਕੜ ਵਿੱਚ ਕਹਿੰਦੇ ਮੈਂ ਇਹਨਾਂ ਦਾ ਬਹੁਤ ਮਹਾਨ ਹਾਂ, ਮੈਂ ਉਹਨਾਂ ਨਫ਼ਰਤ ਨਾ ਕਰਾਂ ਜੀ, ਮੇਰੇ ਅੰਦਰ ਉਹਨਾਂ ਪ੍ਰਤੀ ਵੀ ਹਮਦਰਦੀ ਦਾ ਜਜ਼ਬਾ ਹੋਵੇ, ਇਹ ਭਾਵਨਾ ਹੋਵੇ ਕਿ ਇਹਨਾਂ ਨੂੰ ਵੀ ਉੱਪਰ ਉਠਾਉਣਾ, ਇਹ ਵੀ ਉੱਪਰ ਉੱਠਣ। ਰਾਈਟ। ਮੇਰੇ ਅੰਦਰ ਜਿਹੜਾ ਭਲਾਈ ਦਾ ਜਜ਼ਬਾ ਉਹ ਖਤਮ ਨਾ ਹੋਵੇ, ਦਰਵਾਜ਼ੇ ਕਿਸੇ ਲਈ ਬੰਦ ਨਾ ਹੋਣ, ਮੈਂ ਆਪਣੇ ਆਪ ਨੂੰ ਹਲੀਮੀ ਵਿੱਚ ਰੱਖ ਸਕਾਂ, ਨਿਮਰਤਾ ਵਿੱਚ ਰੱਖ ਸਕਾਂ ਜੀ, ਮੇਰੇ ਅੰਦਰ ਜਿਹੜੀ ਹੈਂਕੜ ਦੀ ਜਿਹੜੀ ਆ ਉਹ ਫੂੰਫਾਨ ਨਾ ਹੋਵੇ, ਮੈਂ ਆ ਤੇ ਨਿਮਰਤਾ ਦੀ ਹੱਦਾਂ ਨੂੰ ਛੋਣ ਵਾਲਾ ਬਣਾ। ਇਹ ਅਸੀਂ ਗੁਰੂ ਕੋਲੋਂ ਸਿੱਖਣਾ ਸੀ, ਸਮਝਣਾ ਸੀ। ਹੋਰ ਕਹਿੰਦੇ ਆ ਕਿ ਪੇਖਿਓ ਪ੍ਰਭਜੂ ਆਪਣੇ ਸੰਗੇ ਚੂਕੈ ਪੀਤ ਪਰਮਾਰੀ, ਪਰਮਾਰੀ ਭਟਕਣਾ ਆਖਦੇ ਹਨ ਕਿ ਮੈਂ ਜਿਹੜਾ ਪਰਮਾਤਮਾ ਉਹ ਮੈਂ ਆਪਣੇ ਅੰਗ ਸੰਗ ਵੇਖਾਂ ਜੀ, ਕਿ ਰੱਬ ਕੇ ਦੂਰ ਨਹੀਂ ਬੈਠਾ ਹੋਇਆ, ਉਹ ਸਾਡੇ ਹਰ ਥਾਂ ਬੈਠਾ ਹੋਇਆ ਜੀ। ਉਹ ਗੁਰੂ ਸਾਹਿਬ ਨੇ ਖਿਆਲ ਦਿੱਤਾ ਹੋਇਆ ਕਿ ਜਿਹਨਾਂ ਬੰਦਿਆਂ ਨੇ ਇਹ ਸਮਝ ਲਿਆ ਕਿ ਰੱਬ ਹਰ ਥਾਂ ਉਹ ਬੁਰਾ ਨਹੀਂ ਕਰ ਸਕਦਾ, ਬਿਲਕੁਲ, ਜਿਹਨਾਂ ਨੂੰ ਸਮਝ ਆ ਗਈ। ਈਵਨ ਅਸੀਂ ਅੱਜ ਵੀ ਭਾਵੇਂ ਸਾਡੇ ਕਈ ਸਿਸਟਮ ਜਿਹੜਾ ਉਹ ਨਿਗਾਰ ਆ ਗਿਆ, ਪਰ ਅਸੀਂ ਈਵਨ ਅੱਜ ਵੀ ਇਹ ਸ਼ਬਦ ਵਰਤਦੇ ਹਾਂ, ਦੇਖੀ ਤੂੰ ਗੁਰਦੁਆਰੇ ਬੈਠਾ ਹੋਇਆ ਝੂਠ ਨਾ ਬੋਲੀ, ਗੁਰਦੁਆਰੇ ਬੈਠਾ ਹੋਇਆ ਗੱਲ ਨਾ ਆਖੀ, ਇਹ ਨਾ ਦੱਸੋ ਚੁੱਸਾ ਦੱਸ ਕਿ ਜਿਸ ਤਰ੍ਹਾਂ ਬਾਹਰ ਜੋ ਮਰਜ਼ੀ ਕਰ ਲਿਆ ਗੁਰਦੁਆਰੇ ਨਾ ਬੋਲੀ ਅਸੀਂ, ਪਰ ਅਸੀਂ ਫਿਰ ਫਿਲਹਾਲ ਅਸੀਂ ਈਵਨ ਇਹ ਸ਼ਬਦ ਵਰਤਦੇ ਹਾਂ ਅਸੀਂ ਜੀ, ਮੈਂ ਤਾਂ ਮਹਿਸੂਸ ਕਰਦੇ ਹਾਂ ਕਿ ਗੁਰੂ ਇੱਥੇ ਬੈਠਾ ਆਇਆ। ਰਾਈਟ। ਪਰ ਗੁਰੂ ਸਾਹਿਬ ਕਹਿੰਦੇ ਕਿ ਨਹੀਂ, ਅਸੀਂ ਗੁਰੂ ਕੋਲ ਇਹ ਸਮਝਣਾ ਕਿ ਰੱਬ ਹਰ ਥਾਂ ਹੀ ਬੈਠਾ ਹੋਇਆ। ਉਹ ਜਿਹੜਾ ਬੰਦਾ ਇਹ ਸਮਝ ਲਵੇ ਕਿ ਰੱਬ ਹਰ ਥਾਂ, ਉਹ ਕਿਸੇ ਦੀ ਜੀਵ ਕੱਢ ਸਕਦਾ, ਬੇਈਮਾਨੀ ਕਰ ਸਕਦਾ, ਠੱਗੀ ਮਾਰ ਸਕਦਾ, ਉਹ ਪ੍ਰਪੰਚ ਰੱਖ ਸਕਦਾ, ਉਹ ਕੋਈ ਉਸ ਤਰ੍ਹਾਂ ਹੋਰ ਅਡੰਬਰ ਰਚ ਸਕਦਾ, ਜਿਹੜੇ ਰਚ ਰਹੇ ਆ ਮਤਲਬ ਧਰਮ ਨੂੰ ਜਾਂ ਰੱਬ ਨੂੰ ਵਿੱਚ ਲਿਆ ਕੇ, ਇਹਦਾ ਮਤਲਬ ਉਹਨਾਂ ਨੇ ਇਹ ਨਹੀਂ ਸਮਝਾਇਆ। ਠੀਕ। ਮਤਲਬ ਉਹ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਹੀ ਅਡੰਬਰ ਰਚ ਰਹੇ ਆ, ਉਹਨਾਂ ਦਾ ਧਰਮ ਨਾਲ ਰੱਬ ਨਾਲ ਕੋਈ ਲੈਣ ਦੇਣ ਨਹੀਂ। ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਮੈਂ ਇਹ ਦੇਖ ਸਕਾਂ ਕਿ ਪੇਖਿਓ ਪ੍ਰਭਜੂ ਆਪਣੇ ਸੰਗੇ, ਮੈਂ ਰੱਬ ਨੂੰ ਆਪਣੇ ਨਾਲ ਵੇਖ ਸਕਾਂ ਜੀ, ਕਿ ਉਹ ਅੰਗ ਸੰਗ ਆ ਮੇਰੇ ਤੋਂ ਕਿ ਦੂਰ ਨਹੀਂ ਬੈਠਾ ਹੋਇਆ, ਮੇਰੇ ਨਾਲ ਆ, ਮੈਂ ਉਹਦੀ ਹਜ਼ੂਰੀ ਵਿੱਚ ਬੈਠਾ ਹੋਇਆ, ਔਰ ਇਸ ਤਰ੍ਹਾਂ ਜਿਹੜੀ ਭਟਕਣਾ ਦੀ ਕੰਧ ਆ ਉਹ ਕੰਧ ਮਿਟ ਜਾਏ, ਦੂਰ ਹੋ ਜਾਵੇ ਜੀ, ਮੈਂ ਜਿਹੜੀਆਂ ਵਿੱਥਾਂ ਹੈਗੀਆਂ ਉਹਨਾਂ ਵਿੱਥਾਂ ਨੂੰ ਮਿਟਾ ਸਕਾਂ। ਔਰ ਫਿਰ ਗੁਰੂ ਸਾਹਿਬ ਨੇ ਇਸੇ ਸ਼ਬਦ ਵਿੱਚ ਫਿਰ ਜਵਾਬ ਵੀ ਦਿੱਤਾ ਹੈ ਕਿ ਉਹ ਦਵਾਈ ਜਿਹੜੀ ਆ ਤਾਂ ਕਿ ਮਨੁੱਖ ਫਿਰ ਸੂਚੀ ਨਾ ਪੈ ਜਾਵੇ ਵੀ ਕਿੱਥੋਂ ਲੱਭਾਂ ਜੀ। ਮਹਾਰਾਜ ਨੇ ਸ਼ਬਦ ਵੀ ਦੱਸ ਦਿੱਤਾ, ਕਹਿੰਦੇ ਕਿ ਆਓ ਖੁਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ। ਗੁਰੂ ਦੁਆਰੀ, ਗੁਰੂ ਦਰ। ਠੀਕ। ਕਿ ਗੁਰੂ ਦੇ ਦਰ 'ਚੋਂ, ਗੁਰੂ ਕੋਲੋਂ ਅਸੀਂ ਇਹ ਜਿਹੜੀ ਦਵਾਈ ਹੈਗੀ ਆ, ਜਿਹੜੀ ਔਖਦੀ ਹੈਗੀ ਆ, ਔਸ਼ਧੀ ਆ,
ਇਹ ਗੁਰੂ ਦੇ ਦਰ ਤੋਂ ਮਿਲਦੀ ਆ, ਗੁਰੂ ਕੋਲੋਂ ਲੱਭਦੀ ਆ ਜੀ। ਔਰ ਇਹ ਜਿਹੜੀ ਔਖਦੀ ਆ, ਇਹ ਕੀ ਆ? ਇਹ ਪ੍ਰਭੂ ਦਾ ਨਾਮ ਆ, ਇਹ ਜੀਵਨ ਜੁਗਤੀ ਆ। ਹੁਣ ਨਾਮ ਕੀ ਆ? ਇਹ ਸ਼ਬਦ ਵੀ ਜੋ ਪਹਿਲਾਂ ਦੱਸਿਆ ਆ ਜੀ ਕਿ ਜਿਹੜਾ ਸਾਡੇ ਅੰਦਰੋਂ ਮੋਹ ਦੂਰ ਕਰਦਾ, ਮੇਰੇ ਤੇਰੇ ਮਿਟਾਉਂਦਾ, ਸਾਰੇ ਅੰਦਰ ਜਿਸ ਭਾਵ ਨਾਲ, ਜਿਸ ਗੁਣ ਨਾਲ ਅਸੀਂ ਰੱਬ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੀਏ, ਗੁਰੂ ਸਾਹਿਬ ਕਹਿ ਰਹੇ ਆ ਕਿ ਇਹ ਸਾਨੂੰ ਗੁਰੂ ਕੋਲੋਂ ਮਿਲਦਾ। ਫਿਰ ਅਖੀਰ ਵਿੱਚ ਮਹਾਰਾਜ ਕਹਿੰਦੇ ਆ ਕਿ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰੂ ਮਿਲ ਰੋਗ ਵਿਦਾਰੀ। ਜਿਹੜਾ ਰੋਗੀ ਗੁਰੂ ਕੋਲ ਆਇਆ ਸੀਗਾ ਜੀ, ਪਰ ਕੇਵਲ ਗੁਰੂ ਕੋਲ ਜਾਣ ਨਾਲ ਰੋਗ ਨਹੀਂ ਮਿਟਿਆ, ਰਾਈਟ, ਉੱਥੇ ਜਾ ਕੇ। ਪਰ ਜਦੋਂ ਗੁਰੂ ਕੋਲ ਕਿਸੇ ਨੇ ਮੰਗਿਆ ਜੀ, ਪਰ ਪਹਿਲੀ ਅਸੀਂ ਤਾਂ ਮੰਗਦੇ ਹੀ ਨਹੀਂ, ਪਹਿਲੀ ਗੱਲ ਆ ਕਿ ਅਸੀਂ ਮੰਗਦੇ ਹੀ ਨਹੀਂ ਗੁਰੂ ਕੋਲੋਂ। ਬਿਲਕੁਲ, ਜਿਹੜੀ ਧਰਮ ਮੰਦਰਾਂ ਵਿੱਚ ਅਰਦਾਸਾਂ ਜਿਹੜੀਆਂ ਹੋ ਰਹੀਆਂ, ਅਰਦਾਸਾਂ ਕੀਤੀਆਂ ਜਾ ਰਹੀਆਂ ਜੀ, ਪਰ ਦੇਖੋ ਕਿ ਉਹਨਾਂ ਅਰਦਾਸਾਂ ਲੋਕ ਮੰਗ ਕੀ ਰਹੇ ਆ। ਅਸੀਂ ਆਪਣੇ ਵੱਲ ਝਾਂਤੀ ਮਾਰ ਕੇ ਵੇਖੀਏ ਕਿ ਕੀ ਅਸੀਂ ਗੁਰੂ ਕੋਲ ਮੰਗਦੇ ਹਾਂ। ਅਸੀਂ ਆਪਣੀਆਂ ਲੋੜਾਂ ਥੋੜ੍ਹਾਂ, ਉਹਨਾਂ ਦੀ ਲਿਸਟ ਹੁੰਦੀ ਆ, ਬਿਲਕੁਲ, ਪਰ ਸਾਡੀ ਇਹ ਮੰਗ ਵਿੱਚ ਸ਼ਾਮਿਲ ਨਹੀਂ ਹੁੰਦਾ, ਜਿਹੜੀ ਕਿ ਜਿਸ ਲਈ ਜਾਈਦਾ ਮੁੱਖ ਰੂਪ ਇਹੀ ਆ। ਗੁਰੂ ਨੇ ਸਾਨੂੰ ਸਮਝਾਇਆ ਕਿ ਸਾਡੇ ਲਈ ਰੱਬ ਆਪਣਾ ਨਿਯਮ ਨਹੀਂ ਬਦਲਦਾ ਜੀ, ਉਹ ਸਿਸਟਮ ਨਹੀਂ ਬਦਲ ਦਿੰਦਾ। ਇਹ ਅਰਦਾਸ ਦਾ ਜੋ ਕਨਸੈਪਟ ਸੀ ਸਾਡੇ ਵਿੱਚ, ਅਸੀਂ ਉਹ ਜਿਹੜਾ ਇੰਨਾ ਜਿਹੜਾ ਉਹਨੂੰ ਅਬਿਊਜ਼ ਕਰ ਦਿੱਤਾ ਕਿਸਮ ਦਾ, ਉਹ ਕੁਝ ਦਾ ਕੁਝ ਬਣਾ ਦਿੱਤਾ ਜੀ। ਪਰ ਗੁਰੂ ਸਾਹਿਬ ਨੇ, ਅਸੀਂ ਫਿਰ ਕਿਤੇ ਅਰਦਾਸ ਦੀ ਗੱਲ ਕਰਾਂਗੇ, ਗੁਰੂ ਸਾਹਿਬ ਇਸ ਸ਼ਬਦ ਦੀ ਅਖੀਰ ਵਿੱਚ ਕਹਿ ਰਹੇ ਆ ਕਿ ਕਹੋ ਨਾਨਕ ਜਿਸ ਮਸਤਕ ਲਿਖਿਆ, ਜਿਹਦੇ ਮੱਥੇ 'ਤੇ ਲਿਖਿਆ, ਮੱਥੇ 'ਤੇ ਲਿਖਿਆ ਕਿ ਉਹ ਅਸੀਂ ਲਿਖਣਾ, ਜਿਹਦੇ ਗੁਰੂ ਸਾਹਿਬ ਨੇ ਖਿਆਲ ਦਿੱਤਾ ਆ ਕਿ ਦਿਨ ਰਾਤ ਕਮਾਇੜਿਓ ਸੋ ਆਇਓ ਮਾਥੈ, ਕਿ ਤੂੰ ਜੋ ਦਿਨ ਰਾਤ ਕਮਾਉਣਾ, ਤੇਰਾ ਮੱਥਾ ਦੀ ਤਕਦੀਰ ਬਣਦੀ ਜਾ ਰਹੀ ਆ, ਉਹ ਸੰਸਕਾਰ ਉਕਰੇ ਜਾ ਰਹੇ ਆ, ਤੇਰੇ ਅੰਦਰ ਜਿਹੜੀ ਪਰਸਨੈਲਿਟੀ ਆ ਉਹ ਡਿਵੈਲਪ ਹੋ ਰਹੀ ਆ। ਜਦੋਂ ਗੁਰੂ ਕੋਲ ਜਾ ਕੇ ਅਸੀਂ ਇਹ ਚੀਜ਼ ਮੰਗਾਂਗੇ, ਵਾਰ ਵਾਰ ਮੰਗਾਂਗੇ ਕਿ ਮੈਨੂੰ ਤੂੰ ਇਹ ਸੋਝੀ ਦੇ, ਸਾਡੇ ਅੰਦਰ ਸੰਸਕਾਰ ਬਣਦੇ ਜਾਣਗੇ ਜੀ, ਸਾਡੇ ਇਹਨਾਂ ਪ੍ਰਤੀ ਰੁਚੀ ਪੈਦਾ ਹੋਊਗੀ, ਲਗਾਓ ਬਣੂਗਾ। ਤਾਂ ਗੁਰੂ ਸਾਹਿਬ ਕਹਿੰਦੇ ਆ ਫਿਰ ਉਹ ਜਿਹੜਾ ਮਨੁੱਖ ਆ ਗੁਰਮਿਲ ਰੋਗ ਵਿਦਾਰੀ, ਗੁਰੂ ਨੂੰ ਮਿਲ ਕੇ, ਭਾਵ ਗੁਰੂ ਦੀ ਸਿੱਖਿਆ ਨੂੰ ਪੱਲੇ ਬਣ ਕੇ ਜੀ, ਉਹਨੂੰ ਅਪਣਾ ਕੇ, ਉਹਨੂੰ ਪ੍ਰੈਕਟੀਕਲੀ ਅਪਣਾ ਕੇ, ਠੀਕ, ਉਹ ਜਿਹੜੇ ਰੋਗ ਸੀ, ਕਿਹੜੇ ਰੋਗ ਜਿਹੜੇ ਉਹ ਪਹਿਲਾਂ ਦੱਸੇ ਆ ਕਿ ਮੋਹ ਮਮਤਾ ਮੇਰ ਤੇਰ, ਰੱਬ ਨੂੰ ਨੇੜੇ ਨੇ ਸਮਝਣਾ, ਅੰਗ ਸਮਝਣਾ, ਸਮਝਣਾ ਸਾਰਿਆਂ ਵਿੱਚ ਰੱਬ ਨਾ ਵਸਦਾ ਦੇਖਣਾ, ਰੱਬ ਮੰਨਣਾ, ਠੀਕ, ਪਰ ਇਹ ਮੰਨਣਾ ਕਿ ਨਹੀਂ ਸਾਰਿਆਂ ਵਿੱਚ ਨਹੀਂ, ਔਰ ਜੇ ਬੰਦਾ ਸਾਰੇ ਰੱਬ ਮੰਨੇ ਫਿਰ ਕਦੀ ਕੁਝ, ਫਿਰ ਜਿਹੜੇ ਧਰਮ ਦੀ ਦੁਨੀਆਂ ਵਿੱਚ ਇੱਕ ਦੂਜੇ ਪ੍ਰਤੀ ਟਕਰਾਅ, ਉਹ ਖਤਮ ਹੋ ਜਾਏਗਾ। ਜਿਹੜੇ ਇੱਕ ਦੂਜੇ ਧਰਮ ਮੰਦਰਾਂ ਨੂੰ ਮਨੁੱਖ ਢਾ ਰਿਹਾ, ਅੱਗਾਂ ਲਾ ਰਿਹਾ, ਧਰਮ ਪੁਸਤਾਂ ਦਾ ਅਪਮਾਨ ਕਰ ਰਿਹਾ ਜੀ, ਜੇ ਬੰਦੇ ਅੰਦਰ ਇਹ ਵਿਸ਼ਵਾਸ ਹੋਵੇ ਤਾਂ ਐਸਾ ਕਰ ਸਕਦਾ? ਬਿਲਕੁਲ ਨਹੀਂ ਕਰੇਗਾ। ਇਸ ਲਈ ਜੇ ਜਿਹੜੇ ਬੰਦੇ ਕਰ ਰਹੇ ਸੀ, ਮੈਂ ਸ਼ਬਦ ਵਾਰ ਵਾਰ ਦੁਹਰਾ ਰਿਹਾ ਕਿ ਜਿਹੜੇ ਲੋਕ ਐਸਾ ਕਰ ਰਹੇ ਆ, ਭਾਵੇਂ ਉਹਨਾਂ ਨੇ ਧਰਮ ਦਾ ਚੋਗਾ ਪਹਿਨਿਆ ਹੋਇਆ, ਪਰ ਮੇਰਾ ਗੁਰੂ ਕਹਿੰਦਾ ਕਿ ਉਹਨਾਂ ਦਾ ਧਰਮ ਨਾਲ ਕੋਈ ਸਰੋਕਾਰ ਨਹੀਂ। ਅਸੀਂ ਭਾਵੇਂ ਉਹਨਾਂ ਨੂੰ ਧਰਮੀ ਸਮਝੀਏ, ਧਰਮੀ ਪੁਣੇ ਦਾ ਸਰਟੀਫਿਕੇਟ ਦੇਈਏ, ਰਾਈਟ, ਪਰ ਸਤਿਪੁਰਸ਼ਾਂ ਦੀ ਨਜ਼ਰਾਂ ਵਿੱਚ ਉਹ ਮਨੁੱਖਾਂ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ, ਕੋਈ ਸੰਬੰਧ ਨਹੀਂ। ਬਿਲਕੁਲ। ਸੋ ਅਸੀਂ ਇਹ ਸੋਚ ਜਿਹੜੀ ਕਿ ਇਹ ਪ੍ਰਚਲਿਤ ਕਰਨੀ, ਆਪਣੇ ਮਨ ਵਿੱਚ ਇਹ ਗੱਲ ਬਿਠਾਉਣੀ ਕਿ ਅਸੀਂ ਗੁਰੂ ਕੋਲੋਂ ਕੀ ਮੰਗਣ ਜਾ ਰਹੇ ਹਾਂ। ਵਿਵੇਕ ਬੁੱਧੀ ਜੇਕਰ ਮੰਗਾਂਗੇ ਤਾਂ ਉਸ ਨਾਲ ਸਾਡੇ ਜੀਵਨ ਦੇ ਵਿੱਚ ਉਹ ਬਦਲਾਅ ਆਏਗਾ, ਪਰ ਜੇਕਰ ਸਿਰਫ ਦੁਨਿਆਵੀ ਲੋੜਾਂ ਤੱਕ ਹੀ ਸੀਮਤ ਰਹਿ ਜਾਵਾਂਗੇ ਤਾਂ ਫਿਰ ਖੱਜਲ ਖੁਆਰੀ ਜਿਹੜੀ ਹੈ ਉਹੀ ਹੋਏਗੀ ਜੀ। ਬਿਲਕੁਲ, ਤੁਹਾਡਾ ਧੰਨਵਾਦ ਇਸ ਮੁੱਦੇ ਉੱਤੇ ਸਾਂਝ ਪਾਉਣ ਲਈ, ਕਿਉਂਕਿ ਬਹੁਤ ਅਹਿਮੀਅਤ ਰੱਖਦਾ ਇਹ ਪ੍ਰਸ਼ਨ ਅੱਜ ਕਿ ਮੈਂ ਗੁਰਦੁਆਰੇ ਕਿਸ ਮਕਸਦ ਨਾਲ ਜਾਣਾ ਹੈ, ਸਾਨੂੰ ਤਾਂ ਪਤਾ ਹੀ ਨਹੀਂ ਹੈਗਾ। ਆਓ ਸਾਰੇ ਯਤਨ ਕਰਕੇ ਇਸ ਦੇ ਉੱਤੇ ਅਸੀਂ ਹੋਰ ਚਾਨਣ ਪਾ ਸਕੀਏ ਅਤੇ ਗੁਰੂ ਦੀ ਜਿਹੜੀ ਬਖਸ਼ਿਸ਼ ਉਹ ਪਾ ਸਕੀਏ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7575 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰੋ harpreetsingshow@gmail.com। ਉਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਕੋਈ ਸਵਾਲ ਵੀ ਹੈ ਤਾਂ ਤਦ ਵੀ ਜ਼ਰੂਰ ਸੰਪਰਕ ਕਰਿਆ ਕਰੋ, ਤਾਂ ਕਿ ਜਦੋਂ ਸਾਡੇ ਕੋਲ ਇੱਥੇ ਵਿਦਵਾਨ ਆਉਣ ਤਾਂ ਉਹਨਾਂ ਕੋਲ ਉਸਦਾ ਜਵਾਬ ਲੈ ਕੇ ਵਾਪਸ ਆ ਸਕੀਏ। ਪ੍ਰੋਗਰਾਮ ਦੀ ਕਰਦਾ ਇੱਥੇ ਹੀ ਸਮਾਪਤੀ। ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।